ਹਾਂਜੀ ਹੈਲੋ ਸਤ ਸ੍ਰੀ ਅਕਾਲ ਜੀ ਇਸ ਵੀਡੀਓ ਵਿੱਚ ਆਪਾਂ ਦੇਖਾਂਗੇ ਕਿ ਪੀ ਐਨ ਆਰ ਸੀ ਨਾਲ ਆਪਾਂ ਫੋਰਨ ਵੈਰੀਫਿਕੇਸ਼ਨ ਦਾ ਕਿਵੇਂ ਫਾਰਮ ਫਿਲ ਕਰਨਾ ਹੈ ਫੋਰਨ ਵੈਰੀਫਿਕੇਸ਼ਨ ਕਾਦੇ ਲਈ ਹੋਊਗੀ ਜਦੋਂ ਆਪਾਂ ਕਿਸੇ ਬਾਹਰਲੀ ਏਜੰਸੀ ਨੂੰ ਆਪਣੇ ਨਰਸਿੰਗ ਦੇ ਡਾਕੂਮੈਂਟਸ ਵੈਰੀਫਾਈ ਕਰਵਾਉਣੇ ਹੋਣਗੇ ਤਾਂ ਆਪਾਂ ਨਰਸਿੰਗ ਦਾ ਲਾਇਸੈਂਸ ਵੀ ਵੈਰੀਫਾਈ ਕਰਵਾਉਣਾ ਹੋਗਾ ਇਹ ਪੀ ਐਨ ਆਰ ਸੀ ਲਈ ਆ ਜਿਹੜੇ ਕਿ ਪੰਜਾਬ ਦੀ ਨਰਸਿੰਗ ਰੈਗੂਲੇਟਰੀ ਬਾਡੀ ਆ ਸੋ ਜੇ ਤੁਸੀਂ ਹਰਿਆਣੇ ਤੋਂ ਕੀਤੀ ਆ ਜਾਂ ਕਿਸੇ ਹੋਰ ਸਟੇਟ ਤੋਂ ਕੀਤੀ ਆ ਉਹਨਾਂ ਲਈ ਨਹੀਂ ਜੇ ਤੁਹਾਡੇ ਕੋਲੇ ਪੀਆਰਐਨਆਰਸੀ ਦਾ ਰਜਿਸਟ੍ਰੇਸ਼ਨ ਤਾਂ ਹੀ ਤੁਹਾਡੇ ਲਈ ਆ ਇਹ ਸੋ ਆਪਾਂ ਸਟਾਰਟਿੰਗ ਵਿੱਚ ਜਾਣਾ ਹੈ ਅਪਲਾਈ ਫੋਰਨ ਵੈਰੀਫਿਕੇਸ਼ਨ ਨਿਊ ਐਪਲੀਕੇਸ਼ਨ on ਨਿਊ ਐਪਲੀਕੇਸ਼ਨ ਵਿੱਚ ਸਭ ਤੋਂ ਪਹਿਲਾਂ ਪੁੱਛਦੇ ਹੁੰਦੇ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਸੋ ਤੁਹਾਡਾ ਨਰਸ ਰਜਿਸਟ੍ਰੇਸ਼ਨ ਨੰਬਰ ਵੀ ਹੁੰਦਾ ਮਿਡਵਾਈਫ ਰਜਿਸਟ੍ਰੇਸ਼ਨ ਵੀ ਨੰਬਰ ਵੀ ਹੁੰਦਾ ਸੋ ਇਨ ਥਿਸ ਕੇਸ ਆਪ ਅਪਰ ਪੁੱਟ ਕਰਾਂਗੇ 1 2 3 4 5 10 ਤੋਂ 6 ਵੀ ਪਾ ਸਕਦੇ ਆ ਹਾਈਫਨ ਵੀ ਪਾ ਸਕਦੇ ਆ 6 7 8 9 0 ਜੇ ਤੁਹਾਡੇ ਦੋਨੇ ਨੰਬਰ ਬਿਲਕੁਲ ਸੇਮ ਨੇ ਫਿਰ ਦੋ ਵਾਰੀ ਪਾਉਣ ਦੀ ਲੋੜ ਨਹੀਂ ਸਿੰਪਲੀ ਇਦਾਂ ਪਾ ਦਿਓ ਤੁਸੀਂ ਸੋ ਤੁਹਾਡਾ ਕੋਰਸ ਕੀ ਆ ਜੀ ਐਨ ਐਮ ਸੋ ਭੱਜੀ ਇਹਨਾਂ ਨੂੰ ਐਡ ਕਰ ਦੇਣਾ ਜੇ ਤੁਸੀਂ ਕਲੀ ਵੀ ਐਸਸੀ ਕੀਤੀ ਆ ਤਾਂ ਵੀ ਐਸਸੀ ਐਡ ਕਰ ਦੇਣਾ ਜੇ ਤੁਸੀਂ ਪੋਸਟ ਬੇਸਿਕ ਵੀ ਐਸਸੀ ਕੀਤੀ ਆ ਤਾਂ ਤੁਸੀਂ ਪੋਸਟ ਬੇਸਿਕ ਦਾ ਸੈਪਰੇਟ ਬਣਾਉਣਾ ਹੋਊਗਾ ਪਹਿਲਾਂ ਆਪਾਂ ਜੀ ਐਨ ਐਮ ਦਾ ਬਣਾਉਣਾ ਹੋਊਗਾ ਜੇ ਤੁਸੀਂ ਪੋਸਟ ਬੇਸਿਕ ਕੀਤੀ ਆ ਤਾਂ ਉਹਨਾਂ ਦਾ ਰਜਿਸਟ੍ਰੇਸ਼ਨ ਨੰਬਰ ਡਿਫਰੈਂਟ نیچے ਲਿਖਿਆ ਹੁੰਦਾ 4 ਡਿਜੀਟਸ ਦਾ ਉਹਦੇ ਲਈ ਸੈਪਰੇਟ ਇੱਕ ਅਕਾਊਂਟ ਬਣਾਉਣਾ ਹੋਊਗਾ ਤੁਸੀਂ ਉਹਨਾਂ ਦਾ ਰਾਈਟ ਫਿਰ ਤੁਸੀਂ ਪੋਸਟ ਬੇਸਿਕ ਦਾ ਐਡ ਕਰਨਾ ਹੋਊਗਾ ਸੋ ਇਨ ਥਿਸ ਕੇਸ ਆਪਾਂ ਜੀ ਐਨ ਐਮ ਨਾਲ ਜਾਣਾ ਜੇ ਉਹ ਕੈਨ ਕਿ ਤੁਹਾਨੂੰ OTP ਸੈਂਡ ਕੀਤਾ ਤੁਹਾਡੇ ਪੁਰਾਣੇ ਨੰਬਰ ਤੇ दैट मींस ਮੇਬੀ ਤੁਸੀਂ ਪਹਿਲਾਂ ਇਹਨਾਂ ਨਾਲ ਐਪਲੀਕੇਸ਼ਨ ਕ੍ਰੀਏਟ ਕੀਤੀ ਹੋਵੇ ਐਂਡ ਥੋੜੀ ਜਿਹੀ ਕੋਈ ਨੰਬਰ ਸੇਵ ਕੀਤਾ ਹੋਗਾ ਜੇ ਤੁਹਾਡੇ ਕੋਲ ਉਹ ਨੋ ਨੰਬਰ ਅਵੇਲੇਬਲ ਨਹੀਂਗਾ ਤਾਂ ਨੀਚੇ ਉੱਥੇ ਇੱਕ ਆਪਸ਼ਨ ਵੀ ਹੁੰਦੀ ਹੈ ਕਿ ਸਟਾਰਟ ਐਪਲੀਕੇਸ਼ਨ ਫਰਮ ਸਕ੍ਰੈਚ ਤੁਸੀਂ ਉਹ ਉੱਤੇ ਕਲਿੱਕ ਕਰਕੇ ਸਟਾਰਟਿੰਗ ਤੋਂ ਐਪਲੀਕੇਸ਼ਨ ਕਰ ਸਕਦੇ ਹੋ ਇੱਥੋਂ ਸਟਾਰਟ ਹੋ ਜੂਗੀ ਸੋ ਇਨ ਥਿਸ ਕੇਸ ਆਪਾਂ ਆਪਣਾ ਫਰਸਟ ਨੇਮ ਪਾਵਾਂਗੇ ABC ABC ਐਂਡ THEN ਫਾਦਰਸ ਨੇਮ ਪਾਵਾਂਗੇ ਆਪਾਂ XYZ ਡੇਰੂ ਬਰਥ ਡੇਰੂ ਬਰਥ ਤੇ ਕਹਿੰਦੇ 10ਵੇਂ ਦਾ ਸਰਟੀਫਿਕੇਟ ਤੇ ਜੋ ਤੁਹਾਡੀ ਡੇਟ ਆਫ ਬਰਥ ਤਾਂ ਉਹੀ ਪਾਉਣੀ ਆ ਸੋ ਇਨ ਥਿਸ ਕੇਸ ਮੰਨ ਲਓ ਤੁਹਾਡੀ ਡੇਟ ਆਫ ਬਰਥ ਹੈਗੀ ਆ 01 12 1995 ਸੋ ਇਹਦੇ ਵਿੱਚ ਇਹਨਾਂ ਨੇ ਇੱਕ ਚੀਜ਼ ਧਿਆਨ ਰੱਖਿਓ ਡੇਰੂ ਬਰਥ ਇਹਦੇ ਵਿੱਚ ਮੰਥ ਇਹਨਾਂ ਨੇ ਪਹਿਲਾਂ ਪੁੱਛਿਆ ਸੋ ਮੇਕ ਸ਼ੁਰ ਕਰਨਾ ਮੰਥ ਤੁਸੀਂ ਪਹਿਲਾਂ ਪਾਉਂ ਬਾਅਦ ਵਿੱਚ ਜੋ ਕਰੈਕਟ ਹੋ ਜਾਣਾ ਬਟ ਫॉर ਨਾ ਮੰਥ ਪਹਿਲਾਂ ਪਾਉਣਾ ਫੋਨ ਨੰਬਰ ਜੇ ਤੁਹਾਡੇ ਕੋਈ ਇੰਡੀਆ ਦਾ ਫੋਨ ਨੰਬਰ ਹੈਗਾ ਤੁਹਾਡੇ ਮਮ ਡੈਡ ਜਾਂ ਕਿਸੇ ਹੋਰ ਦਾ ਨੰਬਰ ਹੈਗਾ ਤੁਸੀਂ ਪਾ ਸਕਦੇ ਆ ਰਾਈਟ ਸੋ ਜੇ ਤੁਹਾਡੇ ਕੋਲ ਇੰਡੀਆ ਦਾ ਨੰਬਰ ਨਹੀਂਗਾ ਵਰਕ ਨਹੀਂ ਕਰਦਾ ਤਾਂ ਸਿੰਪਲੀ ਇੱਥੋਂ ਕੈਨੇਡਾ ਜਾਂ ਅਮਰੀਕਾ ਦਾ ਜਿੱਥੇ ਵੀ ਤੁਸੀਂ ਹੈਗੇ ਉਹ ਨੰਬਰ ਪਾ ਦਿਓ ਤੁਸੀਂ ਉਹਨਾਂ ਨੇ ਫੋਨ ਤਾਂ ਕਰਨਾ ਨਹੀਂ ਸੋ ਇਟ ਡਸਨਟ ਮੈਟਰ ਸੋ ਇਨ ਦਿਸ ਕੇਸ ਤੁਸੀਂ ਫੋਨ ਨੰਬਰ ਪਾਤਾ 1234567890 ਈਮੇਲ ਆਈਡੀ ਵੀ ਤੁਸੀਂ ਆਪਣੀ ਈਮੇਲ ਆਈਡੀ ਪਾਉਣੀ ਹੋਊਗੀ রাইਟ ਜੇ ਬਾਈ ਚਾਂਸ ਉਹਨਾਂ ਨੇ ਕੰਟੈਕਟ ਕਰਨਾ ਹੋਇਆ ਤਾਂ ਈਮੇਲ ਆਈਡੀ ਵੀ ਤੁਸੀਂ ਪਾ ਸਕਦੇ ਆ a b c gmail.com ਆਡਰ ਕਾਰਡ ਨੰਬਰ ਆਪਸ਼ਨਲ ਹੁੰਦਾ ਤੁਸੀਂ ਪਾ ਸਕਦੇ ਆ ਪਰ ਆਪਸ਼ਨਲ ਆ ਕੋਰਸ ਹੁਣ ਕੋਰਸ ਆਪਣਾ ਜੀ ਐਨ ਐਮ ਦਾ ਹੈਗਾ ਸੋ ਤੁਸੀਂ ਕੋਰਸ ਜੀ ਐਨ ਐਮ ਰਜਿਸਟ੍ਰੇਸ਼ਨ ਡੇਟ ਰਜਿਸਟ੍ਰੇਸ਼ਨ ਡੇਟ ਲਾਸਟ ਤੇ ਪਾਈ ਹੁੰਦੀ ਆ ਇਹਦੇ ਵਿੱਚ ਵੀ ਮੰਥ ਪਹਿਲਾਂ ਆਉਣਾ ਹੈ ਫੋਰ ਇਗਜ਼ਾਮਪਲ ਤੁਸੀਂ ਪਾਤਾ uh 2010 ta ta. So that's your registration date right nursing registration number in this case 12345 and then midwife number in this case 67890 je thoda same si ta tusi ohi cheez nu itthe copy paste kar dena si country name ਕੰਟਰੀ ਨੇਮ ਮਤਲਬ ਤੁਹਾਡੀ ਕੰਟਰੀ ਨਹੀਂ ਕੰਟਰੀ ਨੇਮ ਜਿੱਥੇ ਤੁਸੀਂ ਸੈਂਡ ਕਰਨਾ ਇਹ ਫੋਰਨ ਵੈਰੀਫਿਕੇਸ਼ਨ ਮੋਸਟਲੀ ਆਪਾਂ ਐਨਐਨਐਸ ਕਰ ਰਹੇ ਹੁੰਨੇ ਆ ਜਿਹੜਾ ਕਿ ਕੈਨੇਡਾ ਲਈ ਕੰਮ ਕਰਦਾ ਬਟ ਅਸਲ ਵਿੱਚ ਐਨਐਨਐਸ ਦਾ ਜਿਹੜਾ ਆਫਿਸ ਆ ਜਿੱਥੇ ਤੁਸੀਂ ਸੈਂਡ ਕਰਨਾ ਉਹ ਯੂਐਸਏ ਆ ਸੋ ਆਲ ਗੋ ਵਿਦ ਯੂਐਸਏ ਬਟ ਕਈ ਬੱਚੇ ਕੈਨੇਡਾ ਪਾ ਦਿੰਦੇ ਆ ਦੈਟਸ ਆਲਸੋ ਫਾਈਨ ਤੁਸੀਂ ਕੈਨੇਡਾ ਵੀ ਪਾ ਦਿਓ ਬਟ ਟੈਕਨੀਕਲੀ ਯੂਐਸਏ ਹੀ ਆਊਗਾ ਏਜੰਸੀ ਨੇਮ ਵੀਅਰ ਵੈਰੀਫਿਕੇਸ਼ਨ ਟੂ ਬੀ ਸੈਂਟ ਹੁਣ ਇੱਥੇ ਏਜੰਸੀ ਦਾ ਨੇਮ ਆਉਣਾ ਜੇ ਤੁਸੀਂ ਵੀਸ ਕਰਵਾ ਰਹੇ ਆ ਆਈ ਸੀ ਈ ਐਸ ਕਰਵਾ ਰਹੇ ਆ ਇਹ ਕੈਨੇਡਾ ਵਿੱਚ ਹੁੰਦੇ ਆ ਕੰਟਰੀ ਨੇਮ ਕੈਨੇਡਾ ਜੂ ਜੇ ਤੁਸੀਂ ਐਨ ਐਨ ਐਸ ਕਰਵਾ ਰਹੇ ਆ ਐਨ ਐਸ ਏ ਰੀਆ ਕਈ ਵਾਰੀ ਆਪਾਂ ਏਜੰਸੀ ਕਿਸੇ ਹੋਰ ਏਜੰਸੀ ਨਾਲ ਕਰਵਾ ਰਹੇ ਹੁੰਦੇ ਆ ਫੋਰ ਏਗਜ਼ਾਮਪਲ ਈ ਆਰ ਈ ਐਸ ਉਹਨਾਂ ਦਾ ਨੇਮ ਤੁਹਾਨੂੰ ਨਹੀਂ ਸ਼ੋ ਹੋਣਾ ਇੱਥੇ ਸੋ ਇਨ 댓 ਕੇਸ ਆਪਾਂ ਅਦਰ ਤੇ ਜਾ ਕੇ ਐਂਟਰ ਮੈਨੂਅਲੀ ਕਰ ਦਾਂਗੇ ਈ ਆਰ ਈ ਐਸ ਠੀਕ ਫਿਰ ਉਸ ਤੋਂ ਬਾਅਦ ਐਡਰੈਸ ਪਾਉਣਾ ਹੁੰਦਾ ਆਪਾਂ ਕੰਪਲੀਟ ਕੋਰੀਅਰ ਐਡਰੈਸ ਸੋ ਜੇ ਤੁਸੀਂ ਈ ਆਰ ਈ ਐਸ ਦਾ ਐਡਰੈਸ ਪਾਉਣਾ ਤਾਂ ਤੁਸੀਂ ਸਿੰਪਲੀ ਐਡਰੈਸ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਲੱਭ ਸਕਦੇ ਆ ਤੁਹਾਨੂੰ ਉਹਨਾਂ ਦਾ ਐਡਰੈਸ ਮਿਲ ਜਾਣਾ ਹੈ ਸਿੰਪਲੀ ਕਾਪੀ ਪੇਸਟ ਕਰਨਾ ਹੋਊਗਾ ਐਂਡ ਦੈਨ ਤੁਸੀਂ ਐਡਰੈਸ ਉਹਨਾਂ ਦਾ ਪਾਤਾ ਉਹਨਾਂ ਦਾ ਇੱਕੋ ਐਡਰੈਸ ਆ ਸੋ ਕੋਰੀਅਰ ਐਡਰੈਸ ਠੀਕ ਆ ਜੀ ਬਟ ਐਨ ਐਨ ਐਸ ਦੇ ਕੇਸ ਵਿੱਚ ਉਹਨਾਂ ਦੇ ਦੋ ਐਡਰੈਸ ਨੇ ਦੋਨੋਂ ਯੂਐਸਏ ਦੇ ਐਡਰੈਸ ਨੇ ਪਰ ਦੋ ਐਡਰੈਸ ਨਹੀਂ ਸੋ ਮੇਲਿੰਗ ਐਡਰੈਸ ਵਨ ਆ ਦਾ ਡਿਫਰੈਂਟਾ ਕੂਰੀਅਰ ਐਡਰੈਸ ਡਿਫਰੈਂਟਾ ਤੇ ਪੀਐਨਆਰ ਸੀ ਕਹਿੰਦਾ ਕੂਰੀਅਰ ਐਡਰੈਸ ਓਨਲੀ ਸੋ ਇਨ ਥਿਸ ਕੇਸ ਤੁਸੀਂ ਕੂਰੀਅਰ ਐਡਰੈਸ ਇਹ ਵਾਲਾ ਪਾਉਣਾ 3600 ਮਾਰਕੀਟ ਸਟਰੀਟ ਵਾਲਾ ਠੀਕ ਐਂਡ THEN ਕਾਲਜ ਜਿਹੜਾ ਵੀ ਤੁਹਾਡਾ ਕਾਲਜ ਆ ਇੱਥੇ ਆਪਾਂ ਕਾਲਜ ਸ਼ੋ ਨਹੀਂ ਕਰ ਰਹੇ ਸੋ ਤੁਸੀਂ ਸਿੰਪਲੀ ਆਪਣਾ ਕਾਲਜ ਸਿਲੈਕਟ ਕਰਨਾ ਹੋਊਗਾ ਕਾਫੀ ਸਾਰੀਆਂ ਆਪਸ਼ਨਸ ਹੁੰਦੀਆਂ ਤੁਸੀਂ ਉਹਨਾਂ ਚੋਂ ਸਿਲੈਕਟ ਕਰਨਾ ਜਿਹੜਾ ਤੁਹਾਡਾ ਕਾਲਜ ਆ ਜਸਟ ਇਨ ਕੇਸ ਤੁਹਾਡਾ ਕਾਲਜ ਸ਼ੋ ਨਹੀਂ ਹੁੰਦਾ ਤੁਸੀਂ ਅਦਰ ਤੇ ਜਾ ਕੇ ਜੋ ਵੀ ਤੁਹਾਡੇ ਕਾਲਜ ਦਾ ਨੇਮ ਇੱਥੇ ਸ਼ੋ ਹੋ ਰਿਹਾ ਹੈ ਸਿੰਪਲੀ ਡੂ ਕਾਪੀ ਪੇਸਟ ਕਰ ਦੇਣਾ ਫੋਰ ਐਗਜ਼ਾਮਪਲ ਮੋਹਨ ਦਾ ਹਸਪੀਟਲ ਦੋ ਦੇਣਾ ਬੋਰਡ অর ਯੂਨੀਵਰਸਿਟੀ ਸੋ ਬੋਰਡ ਯੂਨੀਵਰਸਿਟੀ ਹੁੰਦਾ ਕਿ ਤੁਸੀਂ ਐਗਜ਼ਾਮੀਨੇਸ਼ਨ ਕਿਦੇ ਲਈ ਦਿੱਤਾ ਪੰਜਾਬ ਨਰਸਸ ਰਜਿਸਟ੍ਰੇਸ਼ਨ ਕਾਉਂਸਲ ਲਈ ਜਾਂ ਬਾਬਾ ਫਰੀਦ ਲਈ ਸੋ ਮੋਸਟਲੀ ਦੋ ਹੀ ਕੇਸਸ ਹੁੰਦੇ ਆ ਆਪਾਂ ਪੀ ਐਨ ਆਰ ਸਿਲੇ ਦਿੱਤਾ ਸੋ ਆਪਾਂ ਪੀ ਐਨ ਆਰ ਸੀ ਲਿਖ ਲਿਆ ਐਗਜ਼ਾਮੀਨੇਸ਼ਨ ਜਿਹਦੇ ਲਈ ਦਿੱਤਾ ਹੈ ਟ੍ਰੇਨਿੰਗ ਸਟਾਰਟਡ ਟ੍ਰੇਨਿੰਗ ਸਟਾਰਟਡ ਡੇਟ ਇਹ ਹੈ ਤੇ ਐਂਡ ਇਹ ਡੇਟ ਆ ਸੋ ਆਪਾਂ ਇਹਨਾਂ ਨੂੰ ਇੱਥੇ ਲਿਖ ਦੇਣਾ ਸੈਪਟੈਂਬਰ 2011 ਟ੍ਰੇਨਿੰਗ ਕੰਪਲੀਟਡ ਜੂਨ 2015 एग्जामीनेशन हैज पर रजिस्ट्रेस सर्टिफिकेट सो अपा पी एन आर सी न कर रहे हैं सो अपना सिर्फ रजिस्ट्रेस सर्टिफिकेट ही देखना है हूँ एकॉर्डिंग थोड़ा एग्जामीनेशन कदों हुआ से इन दिसंबर टू थाउजेंड एंड फोरटीन दिसंबर टू थाउजेंड एंड फोरटीन दैन सबमिट ਤੋ ਇਹ ਕਹਿੰਦੇ ਜੀ ਇਨਫੋਰਮੇਸ਼ਨ ਆਪਣੀ ਪਹਿਲਾਂ ਚੈੱਕ ਕਰ ਲਓ ਤੁਹਾਡਾ ਨੇਮ ABC ਫਾਦਰਸ ਨੇਮ ਡੇਟ ਆ ਰੂਬਰਸ ਚੈੱਕ ਕਰ ਲਈ ਹੁਣ ਇਹਦੇ ਵਿੱਚ ਇਹਨਾਂ ਨੇ ਡੇਟ ਪਹਿਲਾਂ ਲੈ ਆਂਦੀ ਆ ਮਨთ ਬਾਅਦ ਵਿੱਚ ਕਰਤਾ ਜਿਵੇਂ ਆਪਾਂ ਮੈਂ ਕਿਹਾ ਸੀ ਕਿ ਪਹਿਲਾਂ ਆਪੋਜ਼ਿਟ ਆਇਆ ਹੋਊਗਾ ਈਮੇਲ ਆਈਡੀ ਚੈੱਕ ਕਰ ਲਈ ਮੋਬਾਈਲ ਨੰਬਰ ਐਵਰੀਥਿੰਗ ਗੁੱਡ ਜੇ ਗੁੱਡਾ ਤਾਂ ਠੀਕ ਆ ਜੇ ਨਹੀਂ ਗੁੱਡ ਤਾਂ ਐਡਿਟ ਇੱਥੋਂ ਕਰਨਾ ਤੇ ਕੰਟੀਨਿਊ ਕਰਨਾ ਹੁਣ ਇਹਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਇੱਥੇ ਇਹ ਹੈ ਕਿ ਇਹਨਾਂ ਨੇ ਤੁਹਾਨੂੰ ਰੈਫਰੈਂਸ ਨੰਬਰ ਦਿੱਤਾ ਹੋਇਆ ਇਹ ਰੈਫਰੈਂਸ ਨੰਬਰ ਨੂੰ ਗਵਾਉਣਾ ਨਹੀਂ ਇਹਨੂੰ ਲੈ ਕੇ ਰੱਖ ਲਓ ਇਹਦੀ ਫੋਟੋ ਖਿੱਚ ਕੇ ਰੱਖ ਲਓ ਇਹਨੂੰ ਕਾਪੀ ਪੇਸਟ ਕਰਕੇ ਰੱਖ ਲਓ ਮੈਂ ਇਹਨੂੰ ਕਾਪੀ ਕਰ ਲੈਣਾ ਕਿਉਂਕਿ ਜੇ ਬਾਅਦ ਵਿੱਚ ਤੁਸੀਂ ਆਪਣੀ ਐਪਲੀਕੇਸ਼ਨ ਕੰਟੀਨਿਊ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਇਹ ਰੈਫਰੈਂਸ ਨੰਬਰ ਚਾਹੀਦਾ ਹੋਊਗਾ ਜੇ ਤੁਸੀਂ ਗਵਾ ਲਿਆ ਤਾਂ ਤੁਹਾਨੂੰ ਸਾਰਾ ਕੁਝ ਦੁਬਾਰਾ ਕਰਨਾ ਪੈਣਾ ਸੋ ਹੁਣ ਤੁਹਾਡਾ ਰੈਫਰੈਂਸ ਨੰਬਰ ਇਹ ਇਨਫੋ ਇਨਫੋਰਮੇਸ਼ਨ ਆ ਗਈ ਮੇਰੀ ਹੁਣ ਆਪਾਂ ਡਾਕੂਮੈਂਟਸ ਅਪਲੋਡ ਕਰਨੇ ਆ ਕਿਹੜੇ ਕਿਹੜੇ ਡਾਕੂਮੈਂਟਸ ਇਮੇਜ ਪਾਸਪੋਰਟ ਸਾਈਜ਼ ਫੋਟੋ ਸਿਗਨੇਚਰ matric gnm to certificate diploma foreign verification forms ਤੁਸੀਂ ਫਾਈਲ ਨੂੰ ਚੂਸ ਕਰ ਲੈਣਾ ਹੈ ਤੇ ਅਪਲੋਡ ਕਰ ਦੇਣਾ ਹੈ ਸਿਗਨੇਚਰ ਚੂਸ ਕਰ ਲੈਣੇ ਆ ਅਪਲੋਡ ਕਰ ਦੇਣੇ ਆ ਹੁਣ ਇੱਥੇ ਇਮੇਜ ਚੂਸ ਕੀਤੀ ਆ ਕੋਈ ਫਾਈਲ ਚੂਸ ਕਰ ਲਈ ਪਹਿਲਾਂ ਸਾਰਾ ਕੁਝ ਤੁਸੀਂ ਨਾ ਇਹ ਆਪਣੇ ਆ ਲੈਪਟਾਪ 'ਚ ਸੇਵ ਕਰਕੇ ਰੱਖ ਲਿਓ ਕਿਸੇ ਫੋਲਡਰ ਵਿੱਚ ਰਾਈਟ ਪਾਸਪੋਰਟ ਸਾਈਜ਼ ਇਮੇਜ ਜੇ ਤੁਹਾਡੇ ਕੋਲ ਹੈਗੀ ਆ ਤਾਂ ਉਹਦੀ ਫੋਟੋ ਖਿੱਚ ਕੇ ਜਾਂ ਉਹਨੂੰ ਸਕੈਨ ਕਰਕੇ ਡਿਜੀਟਲ ਕਾਪੀ ਬਣਾ ਲਓ ਜੇ ਪਾਸਪੋਰਟ ਸਾਈਜ਼ ਪਿਕਚਰ ਹੈ ਨਹੀਂ ਕਿਸੇ ਵੀ ਵਾਲ ਦੇ ਅਗੇਂਸਟ ਖੜੇ ਹੋ ਕੇ ਜਿੱਥੇ ਪਿੱਛੇ ਤੁਹਾਡੇ ਬੈਕਗ੍ਰਾਉਂਡ ਕਲੀਅਰ ਹੋਵੇ ਰਾਈਟ ਇੱਕ ਫੋਟੋ ਕਲਿੱਕ ਕਰਵਾਰੇ ਨਹੀਂ ਕਿਸ ਨਾ ਕਿਸ ਨੂੰ ਉਹਨੂੰ ਕ੍ਰੋਪ ਕਰ ਲੈਣਾ ਪਾਸਪੋਰਟ ਸਾਈਜ਼ ਬਣਾ ਲੈਣੀ ਆ ਉਹ ਵੀ ਚੱਲ ਜਾਣੀ ਆ ਸਿਗਨੇਚਰ ਦਾ ਕੀ ਕਰਨਾ ਸਿੰਪਲੀ ਇੱਕ ਪੈਨ ਤੇ ਕਾਪੀ ਲੈ ਕੇ ਸਾਈਨ ਕਰ ਲੈਣੇ ਆ ਪਿਕਚਰ ਕਲਿੱਕ ਕਰ ਲੈਣੀ ਆ ਉਹਦੀ ਫੋਨ ਨਾਲ ਉਹਨੂੰ ਕ੍ਰੋਪ ਕਰ ਲੈਣਾ ਉਹਦੀ ਤੁਸੀਂ ਬ੍ਰਾਈਟਨੈਸ ਐਡਜਸਟ ਕਰ ਸਕਦੇ ਹੋ ਤਾਂ ਕਿ ਸਕੈਨਡ ਲੱਗੇ ਤੇ ਉਹਨੂੰ ਤੁਸੀਂ ਡਿਜੀਟਲ ਕਾਪੀ ਬਣ ਜਾਣੀ ਆ ਤੁਹਾਡੀ ਮੈਟ੍ਰਿਕ ਤੁਹਾਡਾ 10ਵਾਂ ਦਾ ਸਰਟੀਫਿਕੇਟ ਜੀਐਨਐਮ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਜ਼ੀਰੋ ਤੋਂ ਆਪਾਂ ਇਨਫੋਰਮੇਸ਼ਨ ਦੇਖ ਰਹੇ ਆ ਡਿਪਲੋਮਾ ਸਰਟੀਫਿਕੇਟ ਜਿਹੜਾ ਤੁਹਾਡਾ ਡਿਪਲੋਮਾ ਦਾ ਸਰਟੀਫਿਕੇਟ ਹੋਊਗਾ ਹੁਣ ਫੋਰਨ ਵੈਰੀਫਿਕੇਸ਼ਨ ਫਾਰਮ ਕਿਹੜੇ ਆ ਫੋਰਨ ਵੈਰੀਫਿਕੇਸ਼ਨ ਫਾਰਮ 1 ਪੇਜ 2 ਪੇਜ 3 ਪੇਜ 4 ਜੇ ਤੁਸੀਂ ਐਨਐਨਐਸ ਕਰ ਰਹੇ ਆ ਤਾਂ ਤੁਹਾਡਾ ਨਰਸਿੰਗ ਰਜਿਸਟ੍ਰੇਸ਼ਨ ਫਾਰਮ ਹੋਊਗਾ ਉਹਦਾ ਉਹਦੇ 4 ਪੇजेस ਹੋਣਗੇ ਚਾਰਾਂ ਪੇਜਾਂ ਨੂੰ ਸੈਪਰੇਟਲੀ ਅਪਲੋਡ ਕਰਨਾ ਹੈ ਫੋਰ ਐਗਜ਼ਾਮਪਲ ਜੇ ਤੁਸੀਂ ਪਹਿਲਾ ਪੇਜ ਅਪਲੋਡ ਕਰਨਾ ਤਾਂ ਪਹਿਲੇ ਪੇਜ ਤੇ ਸਿਲੈਕਟ ਕਰਕੇ ਚੂਜ਼ ਕਰ ਲੈਣਾ ਤੇ ਅਪਲੋਡ ਕਰ ਦੇਣਾ ਫਿਰ ਸੈਕੰਡ ਦੀ ਵਾਰੀ ਆ ਜਾਣੀ ਆ ਥਰਡ ਦੀ ਤੇ ਫੋਰਸਥ ਦੀ ਹੁਣ ਇਹਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਇਹ ਹੈ ਕੇ ਸਾਰੇ ਪੇਜ ਖਾਲੀ ਅਪਲੋਡ ਕਰਨੇ ਆ ਭਰਨਾ ਤੁਸੀਂ ਕੁਝ ਨਹੀਂ ਸਿਰਫ ਪਹਿਲੇ ਪੇਜ ਤੇ ਨੀਚੇ ਡੇਟ ਐਂਡ ਸਾਈਨ ਪਾਉਣੇ ਹੋਣਗੇ ਸੋ ਤੁਸੀਂ ਇਕੱਲੇ ਪਹਿਲੇ ਪੇਜ ਨੂੰ ਪ੍ਰਿੰਟ ਆਊਟ ਕੱਢ ਕੇ ਉਹਦੇ ਤੇ ਡੇਟ ਤੇ ਸਾਈਨ ਪਾ ਸਕਦੇ ਆ ਤੇ ਉਹਨੂੰ ਸਕੈਨ ਕਰ ਸਕਦੇ ਆ ਸਕੈਨਡ ਕਾਪੀ ਉਹਦੀ ਅਪਲੋਡ ਕਰਤੀ ਜੇ ਤੁਸੀਂ ਕੋਈ ਹੋਰ ਏਜੰਸੀ ਨਾਲ ਡੀਲ ਕਰ ਰਹੇ ਆ ਉਹਨਾਂ ਦਾ ਹੋਰ ਹੋਊਗਾ ਜੇ ਤੁਸੀਂ ইਆਰਐਸ ਨਾਲ ਡੀਲ ਕਰ ਰਹੇ ਆ ਫਾਰ ਇਗਜ਼ੈਂਪਲ ਉਹਨਾਂ ਦਾ ਫਾਰਮ ਹੁੰਦਾ ਫਾਰਮ 102 লাইসেনਸ ਵਾਲਾ ਫਾਰਮ ਉਹਦੇ ਸਿਰਫ ਦੋ ਪੇजेस ਹੁੰਦੇ ਆ ਪਹਿਲੇ ਪੇਜ ਤੇ ਉਹਦੇ ਤੇ ਇਕੱਲੇ ਸਾਈਨ ਕਰਨੇ ਹੋਣਗੇ ਡੇਟ ਪਹਿਲਾਂ ਦੀ ਹੀ ਪਾਈ ਹੋਈ ਹੁੰਦੀ ਆ ਸਾਈਨ ਕਰਕੇ ਸਕੈਨ ਕਰ ਲਿਆ ਪਹਿਲੇ ਪੇਜ ਅਪਲੋਡ ਕਰਤਾ ਫਿਰ ਦੂਜੇ ਪੇਜ ਤੇ ਜਾ ਕੇ ਸੈਕੰਡ ਪੇਜ ਅਪਲੋਡ ਕਰਤਾ ਖਾਲੀ ਪੇਜ 3 ਐਂਡ 4 ਤੁਸੀਂ ਉਦਾਂ ਹੀ ਛੱਡ ਸਕਦੇ ਆ ਲੋਡ ਨਹੀਂ ਕਿਉਂਕਿ ਉਹਨਾਂ ਦੇ ਹੁੰਦੇ ਹੀ ਨਹੀਂ ਕਈ ਵਾਰੀ ਇਦਾਂ ਹੁੰਦਾ ਕਿ ਆਪਾਂ ਇਮੇਜ ਅਪਲੋਡ ਕਰ ਰਹੇ ਹੁੰਨੇ ਆ ਸਰਟੀਫਿਕੇਟ ਕੋਈ ਅਪਲੋਡ ਕਰ ਰਹੇ ਹੁੰਨੇ ਆ ਆਪਣਾ ਮੈਕਸਿਮਮ ਸਾਈਜ਼ ਵੱਧ ਜਾਂਦਾ ਡਾਕੂਮੈਂਟਸ ਦਾ ਕਿਉਂਕਿ ਇੱਥੇ ਲਿਖਿਆ 200kb ਮੈਕਸਿਮਮ ਸਾਈਜ਼ ਹੋਣਾ ਚਾਹੀਦਾ ਉਹ ਤੋਂ ਜ਼ਿਆਦਾ ਨਹੀਂ ਕਰ ਸਕਦੇ ਆਪਾਂ ਅਪਲੋਡ ਸੋ ਜੇ ਤੁਹਾਡਾ ਪੀਡੀਐਫ ਫਾਈਲ ਆ ਕੋਈ ਜਿਹਦਾ ਮੈਕਸਿਮਮ ਸਾਈਜ਼ ਤੁਸੀਂ ਵੱਧ ਗਿਆ ਤੁਹਾਡੇ ਤੋਂ ਤੁਸੀਂ ਸਿੰਪਲੀ ਉਹਨੂੰ ਕੰਪਰੈਸ ਕਰਨਾ ਹੋਊਗਾ ਜੇ ਤੁਹਾਡੀ ਇਮੇਜ ਆ ਜੇਪੀ ਜੇ ਫਾਈਲ ਆ ਜਾਂ ਪੀਐਨਜੀ ਫਾਈਲ ਆ ਤੁਸੀਂ ਸਿੰਪਲੀ ਉਹਨੂੰ ਕੰਪਰੈਸ ਕਰ ਸਕਦੇ ਆ ਉਹ ਤੁਸੀਂ ਕਿੱਦਾਂ ਕਰਨਾ ਇੱਕ ਉਹਨਾਂ ਦੀ ਕਿਸੇ ਵੀ ਵੈਬਸਾਈਟ ਤੇ ਜਾ ਕੇ ਤੁਸੀਂ ਸਰਚ ਕਰਨਾ ਹੈ ਕੰਪਰੈਸ ਇਮੇਜ ਟੂ 20kb ਹੁਣ ਜੇ ਤੁਹਾਡੀ ਜੇਪੀ ਫਾਈਲ ਸੀ ਤਾਂ 20kb ਵਿੱਚ ਇੱਥੇ ਅ ਫਰਸਟ ਜਿਹੜਾ ਤੁਹਾਡਾ ਆਇਆ ਇਹ ਬਹੁਤ ਹੀ ਵਧੀਆ ਵੈਬਸਾਈਟ ਹੈ ਤੁਸੀਂ ਸਿੰਪਲੀ ਇਮੇਜ ਨੂੰ ਸਿਲੈਕਟ ਕਰਨਾ ਫੋਰ ਐਗਜ਼ਾਮਪਲ ਮੈਂ ਇਮੇਜ ਸਿਲੈਕਟ ਕੀਤੀ ਆ ਤਾਂ ਇੱਥੇ ਉਹ ਕਹਿੰਦੇ ਜੇ 60% ਕੰਪਰੈਸ ਕਰ ਦਈਏ ਤਾਂ 30kb ਦੀ ਰਹਿ ਜਾਂਦੀ ਆ ਜੇ ਮੰਨ ਲਓ ਤੁਹਾਡੀ 400kb ਦੀ ਆ ਤਾਂ ਤੁਸੀਂ ਸਿੰਪਲੀ ਉਹ ਕਰ ਲੈਣਾ ਹੈ ਅਡਜਸਟ ਕਰ ਲੈਣਾ ਤੇ ਉਸ ਹਿਸਾਬ ਨਾਲ ਤੁਹਾਡੀ ਬਣ ਜਾਣੀ ਆ ਨੂੰ 200kb ਤੱਕ ਬਣਾ ਸਕਦੇ ਆ ਸਿੰਪਲੀ ਜੇ ਤੁਸੀਂ ਪੀਡੀਐਫ ਨੂੰ ਕੰਪਰੈਸ ਕਰਨਾ ਸਿੰਪਲੀ ਲਿਖਣਾ ਕੰਪਰੈਸ ਪੀਡੀਐਫ ਐਂਡ ਤੁਹਾਨੂੰ ਉਦਾਂ ਦੀਆਂ ਹੋਰ ਵੈਬਸਾਈਟਸ ਮਿਲ ਜਾਣਗੀਆਂ ਕੋਈ ਵੀ ਪੀਡੀਐਫ ਨੂੰ ਸਿਲੇਕਟ ਕਰ ਲੈਣਾ ਐਂਡ ਤੈਨੂੰ ਤੁਸੀਂ ਕੰਪਰੈਸ ਕਰ ਸਕਦੇ ਹੋ ਫੋਰ ਏਗਜ਼ਾਮਪਲ ਕੋਈ ਵੀ ਪੀਡੀਐਫ ਆ ਆਪਸ਼ਨ ਜ਼ਾ ਆ ਜਾਂਦੀਆਂ ਹਾਂਜੀ ਸੋ ਇਦਾਂ ਹੀ ਸਾਰੇ ਡਾਕੂਮੈਂਟਸ ਤੁਹਾਡੇ ਅਪਲੋਡ ਹੋ ਜਾਣੇ ਆ ਜਦੋਂ ਸਾਰੇ ਡਾਕੂਮੈਂਟਸ ਅਪਲੋਡ ਹੋ ਗਏ ਫਿਰ ਨੀਚੇ ਤੁਹਾਨੂੰ ਸ਼ੋ ਹੋਊਗਾ ਫੀਸ ਦਾ ਪੇਮੈਂਟ ਕਰਨ ਦਾ ਆਪਸ਼ਨ ਠੀਕ ਜਿੰਨਾ ਚਿਰ ਤੁਸੀਂ ਐਟ ਲੀਸਟ ਇਹਦੇ ਦੋ ਪੇजेस ਐਂਡ ਇਹ ਸਾਰੇ ਪੇजेस ਨਹੀਂ ਅਪਲੋਡ ਕਰਦੇ ਨੀਚੇ ਤੁਹਾਨੂੰ ਪੇਮੈਂਟ ਦੀ ਆਪਸ਼ਨ ਨਹੀਂ ਸ਼ੋ ਹੋਣੀ। ਕਈ ਵਾਰੀ ਇਦਾਂ ਹੁੰਦਾ ਕਿ ਆਪਾਂ ਨੂੰ ਉਹ ਡੀ ਐਮ ਸੀਜ਼ ਵੀ ਮੰਗਦੇ ਆ। ਕਈ ਵਾਰੀ ਆਪਣੇ ਤੋਂ ਡੀ ਐਮ ਸੀ ਜੇ ਮੰਨ ਲਓ ਆਪਾਂ ਜੀ ਐਨ ਐਮ ਕੀਤੀ ਆ ਤਾਂ ਉਹ ਤਿੰਨ ਚਾਰ ਜਿਹੜੀਆਂ ਵੀ ਡੀ ਐਮ ਸੀ ਆ ਉਹਨਾਂ ਦੀ ਆਪਸ਼ਨਜ਼ ਵੀ ਇੱਥੇ ਸ਼ੋ ਹੁੰਦੀਆਂ। 12th ਦੀ 12th ਦੇ ਜਿਹੜਾ ਸਰਟੀਫਿਕੇਟ ਹੁੰਦਾ 12ਵੇਂ ਦਾ ਉਹਦੀ ਆਪਸ਼ਨ ਵੀ ਸ਼ੋ ਹੁੰਦੀ ਆ ਤਾਂ ਜ਼ਰੂਰੀ ਨਹੀਂ ਕੁਝ ਗਲਤ ਨਹੀਂ ਕੀਤਾ ਤੁਸੀਂ ਫਿਰ ਤੁਸੀਂ ਉਹ ਚੀਜ਼ਾਂ ਵੀ ਅਪਲੋਡ ਕਰ ਦੇਣੀ ਆਂ। ਕਈ ਵਾਰੀ ਹੀ ਮੰਗਦੇ ਆ ਮੋਸਟਲੀ ਇਹੀ ਚੀਜ਼ਾਂ ਮੰਗਦੇ ਹੁੰਦੇ ਆ ਜਦੋਂ ਤੁਸੀਂ ਪੇਮੈਂਟ ਕਰੋਗੇ ਸਭ ਤੋਂ ਬੈਸਟ ਮੈਥਡ ਹੈਗਾ ਪੇਮੈਂਟ ਦਾ ਇੰਡੀਆ ਤੋਂ ਕਿਸੇ ਤੋਂ ਤੁਸੀਂ ਪੇਮੈਂਟ ਕਰਵਾ ਲਓ ਇੰਡੀਆ ਵਿੱਚ ਹੁਣ ਆਨਲਾਈਨ ਬੈਂਕਿੰਗ ਵੀ ਸਟਾਰਟ ਹੋ ਗਈ ਆ ਸੋ ਇੰਡੀਆ ਦੇ ਬੈਂਕਸ ਦੀ ਵੀ ਬਹੁਤ ਦਿੰਦੇ ਹੁੰਦੇ ਆ অপਸ਼ਨ ਜੇ ਮੰਨ ਲਓ ਤੁਹਾਡਾ ਐਕਸਿਸ ਬੈਂਕ ਆ ਜਾਂ ਕੋਈ ਹੋਰ ਬੈਂਕ ਆ ਤੁਸੀਂ ਸਿੰਪਲੀ ਉਹ ਬੈਂਕ ਦੀ ਬੈਂਕ ਦੀ অপਸ਼ਨ ਚੂਜ਼ ਕਰਕੇ ਆਨਲਾਈਨ ਪੇਮੈਂਟ ਕਰ ਸਕਦੇ ਆ ਜੇ ਤੁਹਾਡੇ ਕੋਲ ਇੰਡੀਆ ਦਾ ਆਨਲਾਈਨ ਪੇਮੈਂਟ ਦਾ অপਸ਼ਨ ਨਹੀਂਗਾ ਤੁਸੀਂ ਆਪਣੇ ਕੈਨੇਡੀਅਨ ਅਮਰੀਕਨ ਜਾਂ ਕੋਈ ਹੋਰ ਕੰਟਰੀ ਦੇ ਕ੍ਰੈਡਿਟ ਕਾਰਡ ਨੂੰ ਟਰਾਈ ਕਰ ਸਕਦੇ ਆ ਬਟ ਹੋ ਸਕਦਾ ਕਿ ਤੁਹਾਡੀ ਕੈਂਸਲ ਹੋ ਜੇ ਟ੍ਰਾਂਜੈਕਸ਼ਨ ਫੇਲ ਹੋ ਜੇ ਕਿਉਂਕਿ ਕਈ ਵਾਰੀ ਬੈਂਕਸ ਨਹੀਂ ਚਾਹੁੰਦੇ ਕਿ ਆਨ ਆਪਾਂ ਇੰਟਰਨੈਸ਼ਨਲ ਕਰੀਏ ਟ੍ਰਾਂਜੈਕਸ਼ਨਸ ਰਾਈਟ ਹੋ ਸਕਦਾ ਕਿਉਂਕਿ ਪੀਐਨਆਰਸੀ ਇੰਡੀਆ ਦੀ ਵੈਬਸਾਈਟ ਆ ਸੋ ਇੱਥੇ ਮੇਬੀ ਪੇਮੈਂਟ ਵਰਕ ਨਾ ਕਰੇ ਸੋ देयर ਆਰ ਮਲਟੀਪਲ ਰੀਜਨਸ ਸਭ ਤੋਂ ਬੈਸਟ ਹੈਗਾ ਇੰਡੀਆ ਤੋਂ ਪੇਮੈਂਟ ਕਰਵਾ ਲਓ ਨਹੀਂ ਤਾਂ ਤੁਸੀਂ ਮਾਸਟਰ ਕਾਰਡ ਯੂਜ਼ ਕਰ ਸਕਦੇ ਆ ਕਰਨੇ ਕ੍ਰੈਡਿਟ ਕਾਰਡ ਹੀ ਹੋਣਗੇ ਕ੍ਰੈਡਿਟ ਕਾਰਡ ਦੀ ਆਪਸ਼ਨ ਅੱਡ ਚੋਜ਼ ਸ਼ੋ ਹੁੰਦੀ ਆ ਐਂਡ ਬੈਂਕਸ ਦੀ ਆਪਸ਼ਨ ਅੱਡ ਸ਼ੋ ਹੁੰਦੀ ਆ ਸੋ ਤੁਸੀਂ ਮੇਕ ਸ਼ੋਰ ਕਰਨਾ ਕਿ ਤੁਹਾਡੇ ਲਈ ਬੈਸਟ ਕੀ ਵਰਕ ਕਰਦਾ ਠੀਕ ਇਹਨਾਂ ਦੀ 4000 ਰੁਪੀਜ਼ ਹੋਗੀ ਫੀਸ ਜੇ ਤੁਹਾਨੂੰ 2000 ਸ਼ੋ ਹੁੰਦੀ ਆ ਜਾਂ 8000 ਸ਼ੋ ਹੁੰਦੀ ਆ ਤੁਸੀਂ ਕੁਝ ਗਲਤ ਕੀਤਾ ਸਿਰਫ 4000 ਰੁਪੀਜ਼ ਫੀਸ ਇਹਨਾਂ ਦੀ ਹੋਗੀ ਤੁਸੀਂ ਉਨੀ ਪੇ ਕਰਨੀ ਆ ਮੇਕ ਸ਼ੂਰ ਕਰੋ ਸਾਰੇ ਡਾਕੂਮੈਂਟਸ ਕਲੀਅਰ ਸਕੈਨ ਕੀਤੇ ਹੋਏ ਆ ਰਾਈਟ ਕੋਈ ਬਲਰੀ ਨੀਗਾ ਜਾਂ ਫਿਰ ਟੇਡਾ ਮੇਡਾ ਨਹੀਂ ਸਕੈਨ ਕੀਤਾ ਬਿਲਕੁਲ ਕਲੀਅਰ ਸਕੈਨ ਕੀਤੇ ਹੋਏ ਆ ਕੋਈ ਗੜਬੜੀ ਨਹੀਂ ਕੀਤੀ ਉਹਦੇ ਵਿੱਚ ਮਤਲਬ ਕਿ ਐਟ ਲੀਸਟ ਇਦਾਂ ਦੇ ਦਿਖਨੇ ਚਾਹੀਦਾ ਤੁਹਾਡੇ ਡਾਕੂਮੈਂਟਸ ਤਾਂ ਕਿ ਸਾਰਾ ਕੁਝ ਰੀਡੇਬਲ ਹੋਵੇ ਜਦੋਂ ਤੁਸੀਂ ਸਾਰੇ ਕੁਝ ਅਪਲੋਡ ਕਰਤਾ ਰੈਫਰੈਂਸ ਨੰਬਰ ਤੁਹਾਨੂੰ ਯਾਦ ਆ ਰੈਫਰੈਂਸ ਨੰਬਰ ਤੁਹਾਡਾ ਕੀ ਸੀ ਨੈਕਸਟ ਟਾਈਮ ਜਦੋਂ ਤੁਸੀਂ ਕੁਝ ਦੇਖਣਾ ਹੈ ਆਨਲਾਈਨ ਵੈਰੀਫਿਕੇਸ਼ਨ ਤੇ ਜਾਣਾ ਜੇ ਤੁਸੀਂ ਆਪਣੀ ਐਪਲੀਕੇਸ਼ਨ ਕੰਟੀਨਿਊ ਕਰਨੀ ਆ ਤਾਂ ਤੁਸੀਂ ਇੱਥੇ ਆਪਣਾ ਰੈਫਰੈਂਸ ਨੰਬਰ ਪਾ ਦੇਣਾ ਤੇ ਤੁਸੀਂ ਐਪਲੀਕੇਸ਼ਨ ਕੰਟੀਨਿਊ ਕਰ ਸਕਦੇ ਆ ਜੇ ਤੁਸੀਂ ਟਰੈਕ ਐਪਲੀਕੇਸ਼ਨ ਸਟੇਟਸ ਦੇਖਣਾ ਤੁਸੀਂ ਦੇਖਣਾ ਹੈ ਕਿ ਕਿੱਥੇ ਤੁਹਾਡੀ ਐਪਲੀਕੇਸ਼ਨ ਤੁਸੀਂ ਰੈਫਰੈਂਸ ਨੰਬਰ ਆਪਣਾ ਪਾਤਾ ਤੇ ਇਹ ਤੁਹਾਨੂੰ ਦੱਸ ਦੇਣਗੇ ਕਿ ਤੁਹਾਡੀ ਐਪਲੀਕੇਸ਼ਨ ਕਦੋਂ ਹੋਈ ਸੀ ਡਾਕੂਮੈਂਟਸ ਤੁਸੀਂ ਅਪਲੋਡ ਕਰ ਦਿੱਤੇ ਸੀਗੇ ਫੀਸ ਕਨਫਰਮਡ ਹੋ ਗਈ ਸੀ ਤੁਹਾਡਾ ਰੈਫਰੈਂਸ ਨੰਬਰ ਇਹ ਰਿਹਾ ਫਾਈਲ ਰਿਜੈਕਟ ਹੋ ਗਈ ਸੀ ਜੇ ਤੁਸੀਂ ਕੁਝ ਗਲਤ ਕੀਤਾ ਸੀ ਤਾਂ ਇਹ ਕਹਿੰਦੇ ਆ ਕਿ ਵੈਰੀਫਿਕੇਸ਼ਨ ਯੂਐਸਏ ਔਰ ایਆਰਐਸ ਤੁਸੀਂ ਕੁਝ ਗਲਤ ਕੀਤਾ ਸੀ ਉਹ ਤੁਸੀਂ ਕਰੈਕਸ਼ਨ ਕਰ ਲਓ ਸਿੰਪਲੀ ਤੁਸੀਂ ਕਰੈਕਸ਼ਨ ਕਰਤੀ ਫਾਈਲ ਰੀਸੀਵ ਹੋ ਗਈ ਐਕਸੈਪਟ ਹੋ ਗਈ ਹੁਣ ਫਾਈਲ ਇਹਨਾਂ ਨੇ ਡਿਸਪੈਚ ਕਰਤੀ கரੈਕਟ ਆਪਾਂ ਕੀਤੀ ਸੀਗੀ 23 ਸੈਪਟੰਬਰ ਤੇ 4 ਨੂੰ ਇਹਨਾਂ ਨੇ ਫਾਈਲ ਡਿਸਪੈਚ ਕਰਤੀ ਆ ਵੈਰੀਫਿਕੇਸ਼ਨ ਥਰੂ ਡੀਐਚਐਲ ਕੂਰੀਅਰਸ ਕਨਸਾਈਨਮੈਂਟ ਇਹਨਾਂ ਨੇ ਤੁਹਾਨੂੰ ਤੁਹਾਡਾ ਟਰੈਕਿੰਗ ਨੰਬਰ ਵੀ ਦਿੱਤਾ ਪੀਨਰਸੀ ਨੇ 10 12 ਦਿਨਾਂ ਵਿੱਚ ਸਾਰਾ ਕੁਝ ਕਰ ਦਿੰਦੇ ਆ ਤੁਸੀਂ ਜੇ ਦੇਖਣਾ ਚਾਹੁੰਦੇ ਆ ਤੁਹਾਡੀ ਐਪਲੀਕੇਸ਼ਨ ਕਿੱਥੇ ਜੀ ਪਹੁੰਚੀ ਆ ਸਿੰਪਲੀ ਉਹਨੂੰ ਕਾਪੀ ਪੇਸਟ ਕਰਨਾ ਤੁਸੀਂ ਪਰਨਾ DHL ਇੰਡੀਆ ਤੇ ਉਹਨਾਂ ਦੇ ਜਾ ਕੇ ਤੁਸੀਂ ਆਪਣਾ ਇੱਥੇ ਕਾਪੀ ਪੇਸਟ ਕਰ ਦੇਣਾ ਐਂਡ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿੱਥੇ ਜੀ ਤੁਹਾਡੀ ਪਹੁੰਚ ਗਈ ਪੈਕੇਜ ਜਿਹੜੇ EARS ਵਾਲੇ ਆ ਉਹ ਜਲਦੀ ਹੀ ਅਪਡੇਟ ਕਰ ਦਿੰਦੇ ਆ ਜਿਹੜੇ NNS ਵਾਲੇ ਆ ਜਦੋਂ ਉਹਨਾਂ ਨੂੰ ਸਾਰਾ ਕੁਝ ਮਿਲ ਜਾਂਦਾ ਦੇ ਕੈਨ ਟੇਕ ਅਪ ਟੂ 20 ਟੂ 25 ਡੇਸ ਉਹ 20 25 ਦਿਨਾਂ ਬਾਅਦ ਆਪਣੇ ਅਕਾਊਂਟ ਵਿੱਚ ਤੁਹਾਡੇ ਚ ਸ਼ੋ ਹੋਊਗਾ ਕਿ ਸਾਨੂੰ ਫਾਈਲ ਮਿਲ ਗਈ ਆ ਠੀਕ ਆ ਜੀ ਸੋ ਉਹਦੇ ਲਈ ਵਰੀ ਕਰਨ ਦੀ ਲੋੜ ਨਹੀਂ ਸੋ ਇਹ 10 15 ਮਿੰਟ ਲਾ ਕੇ ਤੁਸੀਂ ਸਾਰਾ ਕੁਝ ਕਰ ਸਕਦੇ ਆ ਐਂਡ 올 द बेस्ट थैंक्स